ਤਾਂ ਦੱਸ ਦੇ ਕਿ ਇੱਕ ਕਿਸਾਨ ਦਾ ਘਰ ਬੁਲਾ ਕੇ ਉਸਦਾ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ। ਤੇ ਪੁਲਿਸ ਦੇ ਵੱਲੋਂ ਕਾਰਵਾਈ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪਿੰਡ ਦੇ ਹੀ ਕਿਸੇ ਬੰਦੇ ਨੇ ਪਹਿਲਾਂ ਇਸ ਨੂੰ ਫੋਨ ਕਰਕੇ ਬੁਲਾਇਆ ਸੀ ਤੇ ਫਿਰ ਸ਼ਰਾਬ ਪਿਆ ਕੇ ਇਸਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਸੀ। ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਕੇਸ ਦੇ ਮੁੱਖ ਮੁਲਜ਼ਮ ਪਤੀ ਪਤਨੀ ਸਮੇਤ ਉਹਨਾਂ ਦੇ ਨਾਬਾਲਿਗ ਮੁੰਡੇ ਅਤੇ ਦੋ ਹੋਰ ਰਿਸ਼ਤੇਦਾਰਾਂ ਨੂੰ ਵੀ ਕਾਬੂ ਕੀਤਾ ਗਿਆ। ਦੱਸ ਦਈਏ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਮ੍ਰਿਤਕ ਕਿਸਾਨ ਬਲਵੀਰ ਸਿੰਘ ਦਾ ਲਖਵਿੰਦਰ ਸਿੰਘ ਦੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਸੀ ਤੇ ਇੱਕ ਵਾਰ ਮਹਿਲਾ ਦੇ ਬੱਚੇ ਨੇ ਇਹਨਾਂ ਦੋਨਾਂ ਨੂੰ ਆਪੱਤੀਜਨਕ ਹਾਲਤ ਦੇ ਵਿੱਚ ਵੇਖ ਲਿਆ ਸੀ ਤਾਂ ਇਹਨਾਂ ਨੇ ਬਲਵੀਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਮਹਿਲਾ ਨੇ ਫਿਰ ਉਸਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ, ਜਿਸ ਤੋਂ ਬਾਅਦ ਬਲਵੀਰ ਸਿੰਘ ਨੂੰ ਸ਼ਰਾਬ ਪਿਆ ਕੇ ਬੇਸੁੱਧ ਕਰ ਦਿੱਤਾ ਜਾਂਦਾ ਹੈ। ਫਿਰ ਇਸ ਨੂੰ ਇਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਖੇਤਾਂ ਦੇ ਵਿੱਚ ਲੈ ਜਾਂਦੇ ਨੇ ਤੇ ਤੇਜ਼ਧਾਰ ਹਥਿਆਰ ਦੇ ਨਾਲ ਉਸਦਾ ਕਤਲ ਕਰ ਦਿੰਦੇ ਨੇ ਤੇ ਉਸਦੀ ਲਾਸ਼ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਜਦ ਇਹਨਾਂ ਦੇ ਨਾਮ ਸਾਹਮਣੇ ਆਏ ਤਾਂ ਇਹ ਸਾਰੇ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਸੀ। ਤੇ ਹੁਣ ਪੁਲਿਸ ਦੇ ਵੱਲੋਂ ਪਤੀ ਪਤਨੀ ਅਤੇ ਇਹਨਾਂ ਦੇ ਰਿਸ਼ਤੇਦਾਰਾਂ ਸਮੇਤ ਇਹਨਾਂ ਦੇ ਇੱਕ ਨਾਬਾਲਿਗ ਮੁੰਡੇ ਨੂੰ ਵੀ ਕਾਬੂ ਕੀਤਾ ਗਿਆ। ਸਾਨੂੰ ਇੱਕ ਇਤਲਾਹ ਮਿਲੀ ਸੀਗੀ 5 ਤਰੀਕ ਸਵੇਰ ਨੂੰ ਕਿ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਜਿਹੜੀ ਹੈ ਮੋਟਰ 'ਤੇ ਪਈ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ SHO ਕਬੀਰਪੁਰ ਅਤੇ ਮੈਂ ਮੌਕੇ 'ਤੇ ਗਏ, ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਟੈਕਨੀਕਲ ਐਵੀਡੈਂਸ ਅਤੇ ਆਸ ਪਾਸ ਦੇ ਸੋਰਸਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਇਨਵੋਲਵ ਸੀਗੀਆਂ, ਜਿਹਨਾਂ ਨੂੰ ਅਸੀਂ ਜਦੋਂ ਜਾਂਚ ਕੀਤਾ ਤਾਂ ਵਿਦਇਨ 2 ਆਵਰਸ ਵੀ ਵਰ ਏਬਲ ਟੂ ਅਰੈਸਟ ਦ ਫਸਟ ਕਲਪ੍ਰੇਟ। ਉਹਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀ ਹੈ ਅਸੀਂ ਹਥਿਆਰ ਬਰਾਮਦ ਕੀਤਾ ਜਿਸ ਨਾਲ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ। ਉਸ ਤੋਂ ਇਲਾਵਾ ਜਿਹੜਾ ਉਸ ਬੰਦੇ ਦਾ ਮੋਬਾਈਲ ਫੋਨ ਸੀਗਾ ਉਹਨੂੰ ਰਿਟਰੀਵ ਕਰਕੇ ਉਹਦੇ ਵਿੱਚੋਂ ਜੋ ਟੈਕਨੀਕਲ ਐਵੀਡੈਂਸ ਅਸੀਂ ਕੱਢ ਸਕਦੇ ਸੀ ਉਹ ਕੱਢ ਕੇ ਤਫਤੀਸ਼ ਨੂੰ ਅੱਗੇ ਵਧਾਇਆ ਅਤੇ ਆਪਣੇ SHO ਕਬੀਰਪੁਰ ਨੇ ਬਖੂਬੀ ਬੜਾ ਚੰਗਾ ਕੰਮ ਕੀਤਾ ਹੈਗਾ ਇਹਦੇ ਵਿੱਚ। ਇਸ ਤੋਂ ਬਾਅਦ ਅਸੀਂ 6 ਲੋਕਾਂ ਨੂੰ ਹੋਰ ਗ੍ਰਿਫਤਾਰ ਕੀਤਾ, ਇਸ ਲਈ ਪਲੈਨਡ ਮਰਡਰ ਜਿਹੜਾ ਸੀਗਾ 7 ਬੰਦਿਆਂ ਵੱਲੋਂ ਕੀਤਾ ਗਿਆ ਸੀਗਾ ਅਤੇ ਉਹਦੇ ਵਿੱਚੋਂ ਅਸੀਂ 6 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ, 1 ਬੰਦਾ ਐਬਸਕੌਂਡਿੰਗ ਹੈ ਜੀ। ਕਤਲ ਦਾ ਕਾਰਨ ਕੀ ਰਿਹਾ ਸਰ? ਇਹਦੇ ਵਿੱਚ ਕਤਲ ਦਾ ਕਾਰਨ ਇਹ ਹੈ ਕਿ ਜਿਹੜਾ ਮੁੱਖ ਦੋਸ਼ੀ ਹੈ ਇਹਦੇ ਵਿੱਚ ਲਖਵਿੰਦਰ ਸਿੰਘ, ਉਹਦੀ ਜਿਹੜੀ ਵਾਈਫ ਹੈਗੀ ਹੈ ਉਹਦਾ ਇਲੀਸਿਟ ਰਿਲੇਸ਼ਨਸ਼ਿਪ ਸੀਗਾ ਮਰਨ ਵਾਲੇ ਦੇ ਨਾਲ, ਜਿਹਦਾ ਨਾਮ ਹੈ ਬਲਵੀਰ ਸਿੰਘ ਉਰਫ ਬੀਰਾ, ਜੋ ਕਿ ਹੁਸੈਨਪੁਰ ਬੁਲੇ ਇੱਕੋ ਪਿੰਡ ਦੇ ਵਸਨੀਕ ਹਨ। ਅਤੇ ਮੁਤਾਬਕ ਲਖਵਿੰਦਰ ਸਿੰਘ ਕੁਛ ਲੋਕ ਉਹਨੂੰ ਪਿੰਡ ਦੇ ਵਿੱਚ ਇਸ ਗੱਲ ਲਈ ਤਾਨਾ ਮਾਰਦੇ ਸਨ ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਰਿਹਾ ਸੀ, ਜਿਸ ਦੇ ਤਹਿਤ ਉਹਨੇ ਆਪਣੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਬਜ਼ੁਰਗ ਦੀ ਹੱਤਿਆ ਕਰ ਦਿੱਤੀ। ਕੁੱਲ ਕਿੰਨੇ ਵਿਅਕਤੀ ਗ੍ਰਿਫਤਾਰ ਹੋਏ ਆ ਤੇ ਕਿੰਨੇ ਵਿੱਚ ਮਾਈਨਰ ਵੀ ਹੈ? ਹਾਂਜੀ, ਇਹਦੇ ਵਿੱਚ ਕੁੱਲ ਅਜੇ ਤੱਕ ਅਸੀਂ 6 ਬੰਦਿਆਂ ਦੀ ਗ੍ਰਿਫਤਾਰੀ ਕੀਤੀ ਹੈਗੀ ਆ ਅਤੇ ਜਿਹੜਾ ਮਾਈਨਰ ਹੈਗਾ ਉਹਨੂੰ ਚਾਈਲਡ ਵੈਲਫੇਅਰ ਕਮੇਟੀ ਨੂੰ ਪੇਸ਼ ਕਰਕੇ ਜੋ ਵੀ ਡਿਊ ਪ੍ਰੋਸੀਜਰ ਹੁੰਦਾ ਉਹਨੂੰ ਫੋਲੋ ਕਰਕੇ ਉਹਨੂੰ ਸੁਧਾਰ ਘਰ ਦੇ ਵਿੱਚ ਛੱਡਿਆ ਜਾਏਗਾ। ਜਿਹੜੇ ਹਥਿਆਰ ਨਾਲ ਕਤਲ ਕੀਤਾ ਗਿਆ, ਇਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਹੈ ਉਹ ਤੇਜ਼ਧਾਰ ਹਥਿਆਰ ਟੱਕੂ ਇਹਦੇ ਨਾਲ ਕੀਤਾ ਗਿਆ ਅਤੇ ਜਿਹੜਾ ਵੈਪਨ ਇਸ ਵਿੱਚ ਯੂਜ਼ ਹੋਇਆ ਵਾ 1 ਵੈਪਨ ਅਸੀਂ ਰਿਕਵਰ ਕਰ ਲਿਆ ਅਤੇ ਵੀ ਆਰ ਨੋਟ ਰੂਲਿੰਗ ਆਊਟ ਕਿ ਇੱਕ ਕੋਈ ਹੋਰ ਵੈਪਨ ਵੀ ਵਿੱਚ ਯੂਜ਼ ਹੋਇਆ ਸਕਦਾ, ਬਟ ਉਹ ਵੀ ਤੇਜ਼ਧਾਰ ਹੀ ਹੈ ਕਿਉਂਕਿ ਜਿਹੜਾ ਵਾਰ ਸੀਗਾ ਉਹ ਗਲੇ ਦੇ ਦੋਨੋਂ ਪਾਸੇ ਅਤੇ ਸਿਰ ਵਿੱਚ ਕੀਤਾ ਗਿਆ ਸੀ ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ। ਕਾਰਵਾਈ ਕੀ ਕੀਤੀ ਜਾ ਰਹੀ ਹੈ? ਅਗਲੀ ਕਾਰਵਾਈ ਅਸੀਂ ਇਹਦੇ ਵਿੱਚ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਪੈਸਿਆਂ ਦਾ ਐਂਗਲ ਵੀ ਕੁਛ ਇਨਵੋਲਵ ਹੈ ਕਿ ਨਹੀਂ ਹੈ, ਇਸ ਲਈ ਅਸੀਂ ਇਹਨਾਂ ਦੀ ਜਿਹੜੀ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰ ਰਹੇ ਹਾਂ, ਇਹਨਾਂ ਦੇ ਅਕਾਊਂਟਸ ਨੂੰ ਵੀ ਦੇਖਿਆ ਜਾ ਰਿਹਾ ਹੈ, ਜੇਕਰ ਕੋਈ ਇੱਦਾਂ ਦੀ ਗੱਲ ਸਾਹਮਣੇ ਆਏਗੀ ਤਾਂ ਇਹਦੇ ਵਿੱਚ ਵਾਧਾ ਜੁਰਮ ਮੁਤਾਬਕ ਕਾਨੂੰਨ ਦੇ ਕੀਤਾ ਜਾਏਗਾ ਜੀ। ਵਜ੍ਹਾ ਰੰਜਿਸ਼ ਕੀ ਰਹੀ ਪੁਲਿਸ ਦੀ? ਵਜ੍ਹਾ ਰੰਜਿਸ਼ ਜਿਵੇਂ ਕਿ ਮੈਂ ਦੱਸ ਚੁੱਕਿਆ ਜੀ, ਜਿਹੜਾ ਮੁੱਖ ਦੋਸ਼ੀ ਹੈਗਾ ਉਹਨਾਂ ਦੀ ਵਾਈਫ ਜਿਹੜੀ ਹੈ ਉਹਦਾ ਇਲੀਸਿਟ ਰਿਲੇਸ਼ਨਸ਼ਿਪ ਸੀਗਾ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਕਿਉਂਕਿ ਲੋਕ ਪਿੰਡ ਦੇ ਜਿਹੜੇ ਆ ਉਹਨੂੰ ਤਾਨੇ ਮੇਣੇ ਮਾਰਦੇ ਸਨ, ਜਿਸ ਕਰਕੇ ਉਹਨੇ ਇਸ ਘਟਨਾ ਨੂੰ ਸੋਚੀ ਸਮਝੀ ਤਰੀਕੇ ਨਾਲ ਕੀਤਾ, ਘਟਨਾ ਨੂੰ ਅੰਜਾਮ ਦਿੱਤਾ ਜੀ।